ਅਰਦਾਸ ਜਗਜੀਤ ਸਿੰਘ ਡੱਲੇਵਾਲ, ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਜਿਹੜੀ ਪੀ ਸੀ ਕਰ ਰਹੇ ਹਾਂ, ਇੱਕ ਜਥੇਬੰਦੀ ਵੱਲੋਂ ਨਹੀਂ। ਕਿਉਂ ਲੋੜ ਪਈ ਅੱਜ ਇਸ ਪੀ ਸੀ ਦੀ? ਤੁਸੀਂ ਦੇਖਿਆ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਬੜਾ ਜ਼ੋਰ ਲਾ ਰਹੀ ਸੀ ਕਿ ਜੀ ਅਸੀਂ ਕਿਸਾਨਾਂ ਨੂੰ ਕਹਿ ਰਹੇ ਹਾਂ ਬੰਦੇ ਦਿਓ ਸਾਨੂੰ, ਜਿਹੜੀ ਐੱਮ ਐੱਸ ਪੀ ਦੀ ਕਮੇਟੀ ਲਈ ਆਦਮੀ ਦਿਓ। ਇਹ ਕਮੇਟੀ ਲਈ ਆਦਮੀ ਨਹੀਂ ਦੇ ਰਹੇ। ਰੋਜ਼ ਸਾਡੇ 'ਤੇ ਦੋਸ਼ ਮੜਦੇ ਮੜਨ ਦਾ ਯਤਨ ਕਰਦੀ ਸੀ ਸਰਕਾਰ, ਔਰ ਅਸੀਂ ਹਰ ਵਾਰ ਚਿੱਠੀ ਦਾ ਜਵਾਬ, ਉਹਨਾਂ ਦੀ ਉਸ ਅਖਰੀ ਅਖਬਾਰੀ ਬਿਆਨ ਦਾ ਜਵਾਬ ਅਸੀਂ ਰਿਟਨ ਚਿੱਠੀ ਰਾਹੀਂ ਦਿੰਦੇ ਰਹੇ ਹਾਂ ਕਿ ਸਾਨੂੰ ਇਸ ਕਮੇਟੀ ਦੀਆਂ ਟਰਮਜ਼ ਐਂਡ ਰੈਫਰੈਂਸਿਸ ਦਿਓ। ਕੀ ਹੋਣਗੀਆਂ, ਕੌਣ ਇਹਦਾ ਚੇਅਰਮੈਨ ਹੋਏਗਾ, ਕੀ ਇਹ ਕੰਮ ਕਰੇਗੀ, ਕਿਵੇਂ ਇਹ ਕੰਮ ਕਰੇਗੀ, ਕੀ ਇਹਦੀ ਰਿਕਮੈਂਡੇਸ਼ਨ ਅੱਗੇ ਮਾਨਤਾ ਪ੍ਰਾਪਤ ਹੋਏਗੀ, ਕੀ ਇਹ ਕਾਨੂੰਨ ਬਣਾਉਣ ਲਈ ਸਰਕਾਰ ਇਹਨੂੰ ਮੰਨੇਗੀ, ਇਹ ਸਾਰੀਆਂ ਗੱਲਾਂ। ਲੇਕਿਨ ਸਰਕਾਰ ਨੇ ਸਾਨੂੰ ਕੁਛ ਨਹੀਂ ਦਿੱਤਾ। ਹੁਣ ਅਸੀਂ ਸਮਝਦੇ ਸੀ ਜਦੋਂ ਪਹਿਲੀ ਵਾਰੀ ਸਰਕਾਰ ਨੇ ਸਾਨੂੰ ਨਾ ਦਿੱਤਾ, ਅਸੀਂ ਸਮਝਿਆ ਕਿ ਸਰਕਾਰ ਦੀ ਨੀਅਤ ਸਾਫ ਨਹੀਂ, ਇਹ ਨੀਅਤ ਬਦਨੀਅਤ ਹੈ। ਸਾਨੂੰ ਇੱਕ ਟਰੈਪ ਦੇ ਵਿੱਚ ਫਸਾ ਕੇ ਇਹ ਚਾਹੁੰਦੀ ਹੈ ਕਿ ਆਹ ਦੇਖੋ ਵਿੱਚ ਬੈਠੇ ਨੇ ਕਿਸਾਨ, ਕਿਸਾਨਾਂ ਦੇ ਨੁਮਾਇੰਦੇ ਬੈਠੇ ਨੇ, ਨੁਮਾਇੰਦਿਆਂ ਦੇ ਬੈਠਿਆਂ ਫੈਸਲਾ ਸਾਡੇ ਖਿਲਾਫ਼ ਕਰੇਗੀ। ਕਿਵੇਂ ਕਰੇਗੀ? ਜਿਹੜੀ ਅੱਜ ਬਿੱਲੀ ਥੈਲੋਂ ਬਾਹਰ ਆਈ ਹੈ, 29 ਮੈਂਬਰ ਲੈਣੇ ਇਸ ਕਮੇਟੀ 'ਚ, 3 ਸਿਰਫ ਸੰਯੁਕਤ ਕਿਸਾਨ ਮੋਰਚਾ ਜਿਹਨੇ ਲਗਾਤਾਰ ਉੱਥੇ 13 ਮਹੀਨੇ ਡਟ ਕੇ ਲੜਾਈ ਲੜੀ ਹੈ, ਉਹਨਾਂ ਦੇ ਸਿਰਫ 3, ਅਤੇ ਬਾਕੀ ਸਾਰੇ ਜਿਹੜੇ 26 ਨੇ ਉਹ ਸਰਕਾਰੀ, ਇਹ ਸਰਕਾਰੀਆਂ ਨੇ ਸਰਕਾਰ ਦੇ ਹੱਕ 'ਚ ਭੁਗਤਣਾ। ਉਹਨਾਂ 26 ਦੇ ਵਿੱਚੋਂ 5 ਇਹਨਾਂ ਨੇ ਇਹ ਸ਼ੋਅ ਕੀਤੀ ਆ ਵੀ ਇਹ ਕਿਸਾਨ ਲੀਡਰ ਨੇ, ਅਤੇ ਜਿਹੜੇ ਉਹ ਕਿਸਾਨ ਲੀਡਰ ਹੈ ਉਹਨਾਂ ਦੇ ਵਿੱਚੋਂ ਇੱਕ ਨੇ ਤਾਂ BJP ਜੁਆਇਨ ਕਰ ਲਈ, ਇੱਕ RSS ਦਾ, 2 ਕਲੀਅਰ ਹੋ ਗਏ ਜੀ। ਇੱਕ ਉਹ ਬੰਦਾ ਜਿਹੜਾ WTO ਦਾ ਹਮਾਇਤੀ, ਅਤੇ ਤੀਜਾ ਉਹ ਬੰਦਾ ਜਿਹੜਾ ਮੋਰਚੇ ਦੇ ਵਿੱਚੋਂ ਮੋਰਚਾ ਚੱਕ ਕੇ ਭੱਜਿਆ ਅਤੇ ਇਹ ਕਿਹਾ ਵੀ ਕਾਨੂੰਨ ਬਹੁਤ ਵਧੀਆ, ਕਾਨੂੰਨ ਲਾਗੂ ਕਰੇ ਸਰਕਾਰ। ਇੱਕ ਉਹ ਬੰਦਾ, ਅਤੇ ਇੱਕ ਉਹ ਬੰਦਾ ਜਿਹੜਾ NGO ਲੈ ਕੇ ਇੱਕ ਡਰਾਮਾ ਰਚਿਆ ਕਿ ਅਸੀਂ ਜੀ ਸਰਕਾਰ ਕੋਲ ਗਏ ਹਾਂ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ, ਸਰਕਾਰ ਨੇ ਵੀ ਖਬਰਾਂ ਲਵਾਈਆਂ ਕਿ ਆ ਦੇਖੋ ਇੰਨੇ 100 ਸੰਗਠਨ ਸਾਡੇ ਕੋਲ ਆਇਆ ਜਿਨ੍ਹਾਂ ਨੇ ਕਿਹਾ ਕਾਨੂੰਨ ਬਹੁਤ ਵਧੀਆ, ਕਾਨੂੰਨਾਂ ਨੂੰ ਲਾਗੂ ਕਰ। ਇਹ ਉਹ ਲੋਕ ਜਿਹੜੇ ਕਿਸਾਨ ਨੇਤਾ ਬਣਾ ਕੇ ਬਿਠਾਏ, ਤਾਂ ਇਹਨਾਂ ਲੋਕਾਂ ਦੇ ਹੁੰਦਿਆਂ ਤਾਂ ਕਿਸਾਨਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਹੈ, ਸਾਫ਼ ਜੀ ਗੱਲ ਹੈ। ਹੁਣ ਉਹਦੇ ਵਿੱਚ ਇਹਨਾਂ ਨੇ IFFCO ਦਾ ਚੇਅਰਮੈਨ ਬਿਠਾ ਰੱਖਿਆ। ਦੱਸਿਓ ਉਹਦਾ ਕੀ ਰੋਲ ਹੈ ਜੀ ਕਿਸਾਨਾਂ ਦੇ ਇਸ ਮਾਮਲੇ 'ਚ? ਇੱਕ ਧਾਨੂਕਾ ਕੰਪਨੀ ਹੈ, ਪੈਸਟੀਸਾਈਡ ਬਣਾਉਂਦੀ ਹੈ, ਇੱਕ ਉਹਨਾਂ ਦਾ ਜਨਰਲ ਸੈਕਟਰੀ ਬਿਠਾ ਰੱਖਿਆ। ਯਾਰ ਮੈਂ ਹੈਰਾਨ ਹੈ, ਪਤਾ ਨਹੀਂ ਕਿਸ ਕਿਹੜੇ ਢੰਗ ਨਾਲ ਇਹ ਕਮੇਟੀ ਬਣਾਈ ਹੈ ਸਰਕਾਰ ਨੇ। ਤੋ ਇਸ ਕਰਕੇ ਕਿਸਾਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹਦੇ 'ਚ ਕੋਈ ਬਹੁਤਾ ਕਿਸਾਨਾਂ ਲਈ ਫਾਇਦੇਮੰਦ ਨਹੀਂ ਹੋਣਾ। ਜਿੰਨਾ ਚਿਰ ਟਰਮਜ਼ ਐਂਡ ਰੈਫਰੈਂਸ ਸਾਡੇ ਸਾਹਮਣੇ ਨਹੀਂ ਆਉਂਦਾ, ਸਾਨੂੰ ਨਹੀਂ ਦੇਣਾ ਚਾਹੀਦਾ। ਉਹ ਬਿੱਲੀ ਥੈਲੋਂ ਬਾਹਰ ਆ ਗਈ। ਹੁਣ ਰਹਿੰਦੀ ਕਸਰ ਹੋਰ ਨਿਕਲ ਗਈ, ਸਾਨੂੰ ਕਹਿੰਦੇ ਤੁਸੀਂ 3 ਮੈਂਬਰ ਦੇਣੇ ਦਿਓ, ਨਹੀਂ ਦੇਣੇ ਨਾ ਦਿਓ, ਤੁਹਾਡੀ ਮਰਜ਼ੀ ਹੈ। ਲੇਕਿਨ ਹੁਣ ਕੀ ਹੋਇਆ ਹੈ, ਪਿਛਲੇ ਦਿਨ ਕੱਲ੍ਹ ਸਾਡੇ ਮਾਣਯੋਗ ਖੇਤੀਬਾੜੀ ਮੰਤਰੀ ਜੀ ਪਤਾ ਕੀ ਕਹਿੰਦੇ ਆ, ਜਮਾਂ ਹੀ ਉਹਨਾਂ ਨੇ ਸਪਸ਼ਟ ਕਰਤਾ ਕਿ ਸਾਡੀ ਨੀਅਤ ਕੀ ਹੈ। ਜਿਹੜੀ ਤਾਂ ਸਾਨੂੰ ਡਰ ਸੀ, ਸਾਨੂੰ ਖਦਸ਼ਾ ਸੀ, ਉਹ ਕਲੀਅਰ ਕਰਤਾ। ਉਹ ਕਹਿੰਦੇ ਅੱਜ ਤੱਕ ਸਾਡੀ ਇਹਨਾਂ ਕਿਸਾਨ ਆਗੂਆਂ ਨਾਲ ਕਦੇ MSP ਦੀਆਂ ਗਰੰਟੀ ਦਾ ਕਾਨੂੰਨ ਦੇਣ ਲਈ ਗੱਲ ਹੀ ਨਹੀਂ ਹੋਈ। ਹੁਣ ਸਾਡਾ ਕਹਿਣਾ ਇਹ ਹੈ ਕਿ ਮਾਣਯੋਗ ਮੰਤਰੀ ਜੀ ਨੂੰ ਕਿ ਤੁਹਾਡੇ ਦਫ਼ਤਰਾਂ ਦੇ ਵਿੱਚ ਸਾਡੇ ਲਗਾਤਾਰ ਦਿੱਤੇ ਹੋਏ ਮੰਗ ਪੱਤਰ ਪਏ ਆ, ਉਹ ਮੰਗ ਪੱਤਰ ਜਨਤਕ ਕਰੋ। ਅਗਰ ਉਹਨਾਂ ਮੰਗ ਪੱਤਰਾਂ ਦੇ ਵਿੱਚ ਅਸੀਂ ਕਿਹਾ ਹੈ ਕਿ MSP ਦੀ ਗਰੰਟੀ ਦਾ ਕਾਨੂੰਨ ਦਿਓ, ਤਾਂ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ਅਸੀਂ ਮੰਗਿਆ ਹੀ ਨਹੀਂ ਕਦੇ ਜਾਂ ਗੱਲ ਹੀ ਨਹੀਂ ਹੋਈ? ਇੱਕ ਗੱਲ। ਦੂਜੀ ਗੱਲ, ਜੇ MSP ਦਾ ਗਰੰਟੀ ਦਾ ਕਾਨੂੰਨ ਨਹੀਂ ਦੇਣਾ ਤਾਂ ਫਿਰ ਕਮੇਟੀ ਕਾਹਦੇ ਲਈ? ਤਾਂ ਇਹ ਸਾਰਾ ਸਰਕਾਰ ਦਾ ਮਤਲਬ MSP ਦੀ ਗਰੰਟੀ ਦਾ ਕਾਨੂੰਨ ਦੇਣ ਤੋਂ ਭੱਜਣ ਦਾ ਇੱਕ ਉਹਨਾਂ ਨੇ ਸਾਜਿਸ਼ ਰਚੀ, ਇੱਕ ਸ਼ੜਯੰਤਰ ਰਚਿਆ, ਜਿਹੜਾ ਇੱਕ ਡਰਾਮਾ ਰਚਿਆ ਗਿਆ ਜਿਹਦਾ ਅਸੀਂ ਪੂਰੀ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹਦਾ ਡਟ ਕੇ ਵਿਰੋਧ ਕਰਦੇ ਹਾਂ, ਔਰ ਅਸੀਂ ਫੈਸਲਾ ਲਿਆ ਕਿ ਅਸੀਂ ਕੋਈ ਆਦਮੀ ਇਹਦੇ ਵਿੱਚ ਨਹੀਂ ਦੇਵਾਂਗੇ। ਨਾਲ ਅਗਲੀ ਗੱਲ, ਅਸੀਂ ਐਲਾਨ ਕਰ ਚੁੱਕੇ ਹਾਂ ਕਿ ਅਸੀਂ 22 ਅਗਸਤ ਨੂੰ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਸਾਡੀ MSP ਦੀ, ਪਹਿਲਾਂ ਤਾਂ ਅਸੀਂ ਨਾ MSP ਦੀ ਗਰੰਟੀ ਦੀ ਕਮੇਟੀ ਦੇ ਬਣੇ, ਕਮੇਟੀ ਦੀ ਮੰਗ ਸੀ, ਛੱਡ ਦਿਓ ਕਮੇਟੀ ਦੀ, ਸਾਨੂੰ ਲੋੜ ਨਹੀਂ ਹੈ। ਮਾਣਯੋਗ ਪ੍ਰਧਾਨ ਮੰਤਰੀ ਜੀ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸੀ, ਇਹਨਾਂ ਦੀ ਅਧਿਅਕਸ਼ਤਾ ਦੇ ਅੰਦਰ ਇੱਕ ਕਮੇਟੀ ਬਣੀ ਅਤੇ ਉਸ ਕਮੇਟੀ ਦੀ ਰਿਪੋਰਟ ਪਈ ਹੈ ਜਿਹਦੇ 'ਚ ਇਹ ਕਿਹਾ ਕਿ ਕਿਸਾਨਾਂ ਨੂੰ MSP ਦੇਣੀ ਬਣਦੀ ਹੈ ਅਤੇ MSP ਦੇਵੇ ਸਰਕਾਰ।
ਇਸੇ ਬੰਦੇ ਦੀ ਉਸ ਵੇਲੇ ਦੀ ਰਿਕਮੈਂਡੇਸ਼ਨ ਪਈ ਹੈ। ਇਹੀ ਆਦਮੀ ਹੁਣ ਤਾਕਤ 'ਚ ਆ, ਇਹਨੂੰ ਲਾਗੂ ਕਰ ਸਕਦਾ ਅਤੇ ਉਹਨੂੰ ਲਾਗੂ ਕਰ ਦੇਣ, ਗੱਲ ਮੁੱਕੀ, ਕਹਾਣੀ ਖਤਮ, ਸਾਡੇ ਨਾਲ ਲੜਾਈ ਕਰੀ ਹੈ। ਆਪਦੀ ਬਣਾਈ ਹੋਈ ਰਿਪੋਰਟ ਨੂੰ ਆਪ ਹੀ ਲਾਗੂ ਕਰਨਾ, ਲਾਗੂ ਕਰਦੇ ਸਰਕਾਰ। ਅਗਰ ਨਹੀਂ ਤਾਂ ਸਰਕਾਰ ਦੀ ਨੀਅਤ ਕਲੀਅਰ ਹੁੰਦੀ ਹੈ, ਸਾਫ਼ ਹੁੰਦੀ ਹੈ, ਉਹਦੇ 'ਤੇ ਅਸੀਂ ਲੜਾਈ ਦੇਵਾਂਗੇ। ਅਸੀਂ 22 ਅਗਸਤ ਨੂੰ ਇੱਕ ਵੱਡਾ ਇਕੱਠ ਕਰਾਂਗੇ ਜੰਤਰ ਮੰਤਰ 'ਤੇ, ਇੱਕ ਦਿਨ ਦਾ ਪਹਿਲਾ ਪ੍ਰੋਗਰਾਮ ਸਾਡਾ, ਔਰ ਸਰਕਾਰ ਨੂੰ ਅਸੀਂ ਚੇਤਾਵਨੀ ਦੇਵਾਂਗੇ ਕਿ ਜੇਕਰ ਸਰਕਾਰ ਫਿਰ ਵੀ ਗੱਲ ਨਹੀਂ ਮੰਨਦੀ ਤਾਂ ਫਿਰ ਅਗਲਾ ਜਿਹੜਾ ਪ੍ਰੋਟੈਸਟ ਹੈ ਜਿਹੜਾ ਲਗਾਤਾਰ ਵਾਲਾ ਵਿੱਢਿਆ ਜਾ ਸਕਦਾ। ਔਰ ਇਹਦੇ 'ਚ ਮੰਗ ਸਾਡੀ ਇਕੱਲੀ ਇਹ ਨਹੀਂ ਹੈ ਕਿ MSP ਦੀ ਗਰੰਟੀ ਦਾ ਕਾਨੂੰਨ ਲੈਣਾ, ਇਹਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ। ਜਿਵੇਂ ਸਾਡਾ ਲਖੀਮਪੁਰ ਦੇ ਵਿੱਚ ਸਾਡੇ ਕਿਸਾਨ ਸ਼ਹੀਦ ਕੀਤੇ ਨੇ, ਇੱਕ ਤੁਹਾਡੇ 'ਚੋਂ ਪੱਤਰਕਾਰ ਸ਼ਹੀਦ ਕੀਤਾ। ਦੇਖੋ, ਪੱਤਰਕਾਰ ਦਾ ਕੰਮ ਤਾਂ ਮਤਲਬ ਪੱਤਰਕਾਰਤਾ ਕਰਨਾ ਹੈ, ਲੋਕਾਂ ਦੇ ਵਿੱਚ ਗੱਲ ਨਾ ਜਾਵੇ, ਸੱਚਾਈ ਨਾ ਜਾ ਸਕੇ, ਇੱਕ ਪੱਤਰਕਾਰ ਹੀ ਮਾਰ ਦੇਣਾ, ਇੱਕ ਤਰ੍ਹਾਂ ਦਾ ਆਵਾਜ਼ ਚੁੱਕਣ ਦਾ ਜਿਹੜਾ ਸਾਡਾ ਮਾਧਿਅਮ ਹੈ, ਲੋਕਾਂ ਦੇ ਵਿੱਚ ਗੱਲ ਲਿਜਾਉਣ ਦਾ ਮਾਧਿਅਮ, ਉਹਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ। ਔਰ ਡਰਾਇਆ ਧਮਕਾਇਆ ਜਾ ਰਿਹਾ ਸਾਡੇ ਗਵਾਹਾਂ ਨੂੰ, ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਅਜੇ ਮਿਸ਼ਰਾ ਟੈਣੀ ਜਿਹੜਾ 120B ਦਾ ਦੋਸ਼ੀ ਹੈ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰਾਉਣ ਲਈ, ਔਰ ਜਿਹੜਾ ਅੱਜ ਵੀ ਗ੍ਰਹਿ ਰਾਜ ਮੰਤਰੀ ਦੀ ਪਦਵੀ 'ਤੇ ਬੈਠਾ ਹੈ ਉਹਨੂੰ ਉਸ ਪਦਵੀ ਤੋਂ ਖਾਰਜ ਕਰਵਾਉਣਾ, ਇਹ ਸਾਡੀਆਂ ਵੱਡੀਆਂ ਮੰਗਾਂ ਨੇ। ਨਾਲ ਅਗਲੀ ਗੱਲ ਕਿ ਜਿਹੜੇ ਸਾਡੇ ਕਿਸਾਨਾਂ ਦੇ ਮੁਕੱਦਮੇ ਹੋਏ ਨੇ, ਸਾਡਾ ਵੱਡੀ ਪੱਧਰ ਦੇ ਉੱਤੇ ਨੌਜਵਾਨ ਪੰਜਾਬ, ਹਰਿਆਣਾ, ਰਾਜਸਥਾਨ, UP, ਮੱਧ ਪ੍ਰਦੇਸ਼, ਸਾਰੀਆਂ ਸਟੇਟਾਂ ਦੇ ਮੁੰਡੇ ਗਏ ਨੇ, ਕੋਈ ਇੱਕ ਥੋੜ੍ਹੀ ਗਿਆ, ਹਰ ਇੱਕ ਵਰਗ ਤੋਂ ਲੋਕ ਗਏ ਨੇ, ਔਰ ਉਹਨਾਂ ਦੇ ਮੁਕੱਦਮੇ ਦਰਜ ਹੋਏ ਨੇ। ਜਿਹੜੇ ਉਹਨਾਂ ਦੇ ਮੁਕੱਦਮੇ ਦਰਜ ਹੈ ਉਹ ਮੁਕੱਦਮੇ ਸਰਕਾਰ ਵਾਪਸ ਲਵੇ, ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਕਿ ਅਸੀਂ ਮੁਕੱਦਮੇ ਵਾਪਸ ਲਵਾਂਗੇ। ਜਿਹੜੇ ਸ਼ਹੀਦ ਉਹਨਾਂ ਦੇ ਪਰਿਵਾਰਾਂ ਨੂੰ ਕੰਪਨਸੇਟ ਕਰਨਾ, ਜਿਹੜਾ ਬਿਜਲੀ ਐਕਟ, ਬਿਜਲੀ ਬਿੱਲ 2020 ਉਹ ਹਜੇ ਲਟਕ ਰਿਹਾ ਹੈ, ਉਹਨੂੰ ਵਾਪਸ ਲਵੇ ਸਰਕਾਰ। ਔਰ ਉਦੋਂ ਅਗਲੇ ਅਗਾਂਹ ਵੱਧ ਕੇ ਅਗਲੀ ਸਾਡੀ ਮੰਗ ਹੈ ਕਿ ਕਿਸਾਨ, ਜਿੰਨੀ ਦੇਰ ਤੱਕ ਕਿਸਾਨ ਨੂੰ ਕਰਜ਼ ਮੁਕਤ ਨਹੀਂ ਕੀਤਾ ਜਾਂਦਾ ਇੱਕ ਵਾਰ, ਉਨੀ ਦੇਰ ਤੱਕ ਕਿਸਾਨ ਦੀਆਂ ਖੁਦਕੁਸ਼ੀਆਂ ਨੂੰ ਠੱਲ ਨਹੀਂ ਪਾਈ ਜਾ ਸਕਦੀ। ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਠੱਲ ਪਾਉਣ ਲਈ ਕਿਸਾਨ ਨੂੰ ਕਰਜ਼ ਮੁਕਤ ਕਰਨਾ ਬਹੁਤ ਜ਼ਰੂਰੀ ਹੈ, ਔਰ ਕਰਜ਼ ਮੁਕਤ ਕਰਕੇ ਅੱਗੇ ਤੋਂ ਕਿਸਾਨ ਸਿਰ ਕਰਜ਼ਾ ਨਾ ਚੜ੍ਹੇ, ਤਾਂ ਉਹਦਾ ਫਾਰਮੂਲਾ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਕਿਸਾਨ ਨੂੰ ਫਸਲ ਦਾ ਭਾਅ ਦੇਣਾ ਅਤਿ ਜ਼ਰੂਰੀ ਹੈ। ਇਹ ਅਸੀਂ ਮੰਗਾਂ ਲੈ ਕੇ ਉੱਥੇ ਇੱਕ ਦਿਨ ਦਾ ਪ੍ਰੋਗਰਾਮ ਹੈ, ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਵੀ ਪ੍ਰੋਗਰਾਮ ਦਿੱਤਾ ਗਿਆ ਹੈ ਕਿ ਅਸੀਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਸੁਨਾਮ ਦੇ ਵਿੱਚ ਜਾ ਕੇ ਮਨਾਵਾਂਗੇ, ਕਿਉਂਕਿ ਉਹ ਭਾਈਚਾਰੇ ਨੇ ਵਿਚਾਰੇ, ਉਹਨਾਂ ਨੇ ਸਾਡੇ ਕੋਲ ਇੱਕ ਅਪੀਲ, ਰਿਕੁਐਸਟ ਕੀਤੀ ਸੀ ਕਿ ਸੜਕਾਂ ਨਾ ਰੋਕੀਆਂ ਜਾਣ ਉਸ ਦਿਨ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਵੀਰਾਂ ਨੇ ਆਉਣਾ ਹੈ। ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਕਿ ਅਸੀਂ ਰੋਡ ਰੋਕਣ ਦਾ ਪ੍ਰੋਗਰਾਮ ਬਿਲਕੁਲ ਨਹੀਂ ਕਰਾਂਗੇ, ਪਰ ਅਸੀਂ ਉੱਥੇ ਜਾ ਕੇ ਖੁਦ ਨਤਮਸਤਕ ਹੋਵਾਂਗੇ, ਸਾਡੇ ਉਸ ਸ਼ਹੀਦ ਨੂੰ ਸਲਾਮ ਸਲੂਟ ਕਰਾਂਗੇ ਜਿਹਨੇ ਸਾਡੇ ਲਗਾਤਾਰ 21 ਸਾਲ ਉਸ ਬਦਲੇ ਦੀ ਅੱਗ ਨੂੰ ਆਪਦੇ ਅੰਦਰ ਲੈ ਕੇ। ਇਹੋ ਜਿਹਾ ਕੁਛ ਦੇਖਦੇ ਹਾਂ ਅਸੀਂ ਸੁਸਾਇਟੀ 'ਚ, ਬਾਪ ਮਾਰਿਆ ਹੋਵੇ ਨਾ ਅਤੇ 5 ਸਾਲਾਂ ਬਾਅਦ ਬੇਟਾ ਉਹਦੇ ਨਾਲ ਬਹਿ ਕੇ ਦਾਰੂ ਪੀਤੀ ਜਾਂਦਾ ਵੇਖੇ ਜਾ ਸਕਦੇ ਸਾਡੀ ਸੁਸਾਇਟੀ 'ਚ। ਲੇਕਿਨ ਉਸ ਬੰਦੇ ਨੇ ਉਹ ਜਲ੍ਹਿਆਂਵਾਲੇ ਬਾਗ ਦਾ ਬਦਲਾ 22 ਸਾਲ ਆਪਦੇ ਅੰਦਰ ਰੱਖਿਆ, ਔਰ 22 ਸਾਲਾਂ ਬਾਅਦ, 21 ਸਾਲਾਂ ਬਾਅਦ ਉੱਥੇ ਜਾ ਕੇ ਉਹ ਬਦਲਾ ਲਿਆ, ਇੱਕ ਬਹੁਤ ਵੱਡਾ ਮਾਤਾ। ਔਰ ਉਸ ਆਦਮੀ ਨੂੰ ਅਸੀਂ ਸਲੂਟ ਕਰਾਂਗੇ ਜਾ ਕੇ। ਇਹ ਸਾਡੇ ਪ੍ਰੋਗਰਾਮ ਨੇ ਜਿਹੜੇ ਦਿੱਤੇ ਜਾ ਚੁੱਕੇ ਹੈ। ਪੰਜਾਬ ਦੇ ਅੰਦਰ ਸਾਡਾ ਪੰਜਾਬ ਸਰਕਾਰ ਨਾਲ ਵੀ ਕੁਝ ਇਸ਼ੂਜ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਸੁਖਦੇਵ ਸਿੰਘ ਭੋਜਰਾਜ ਜੀ ਕਰਨਗੇ, ਔਰ ਇਹਨਾਂ ਤੋਂ ਆਪਾਂ ਇਹਨਾਂ ਦੀ ਗੱਲ ਕਰ ਲਾਂਗੇ ਜੀ। ਤੁਹਾਡੇ ਨਾਲ ਸਵਾਲ ਆ ਸਾਡਾ ਇੱਕ, ਇਹਨਾਂ ਦੀ ਗੱਲ ਚਿੱਠੀ ਨੂੰ ਲੈ ਕੇ ਬੜਾ ਰੌਲਾ ਪੈ ਰਿਹਾ, ਜਿਹੜਾ ਮੋਰਚਾ ਵੇਚਣ ਨੂੰ ਲੈ ਕੇ ਕੋਈ ਚਿੱਠੀ, ਉਹ ਗੱਲ ਅੱਜ ਰਹਿੰਦੀ। ਮੈਂ ਇੱਕ ਬੇਨਤੀ ਕਰਾਂ, ਮੇਰੀ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ, ਮੈਂ ਚਿੱਠੀ ਵਾਲੀਆਂ ਗੱਲਾਂ ਅੱਜ ਨਾ ਕਰਕੇ, ਅੱਜ ਪਲੀਜ਼ ਮੇਰੀ ਹੰਬਲ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਆਪਾਂ ਦੇਖੋ, ਆਪਾਂ ਲੜਾਈ ਲੜਨੀ ਹੈ, ਪੂਰਾ ਦੇਸ਼ ਗੈਰ ਰਾਜਨੀਤਿਕ ਸੋਚ ਦੇ ਨਾਲ ਖੜ੍ਹਾ ਸੀ, ਤੁਸੀਂ ਵੀ ਸਾਰੇ ਗੈਰ ਰਾਜਨੀਤਿਕ ਸੋਚ ਨਾਲ ਖੜ੍ਹੇ ਸੀ, ਅਤੇ ਗੈਰ ਰਾਜਨੀਤਿਕ ਸੋਚ ਨੂੰ ਲੈ ਕੇ ਆਪਾਂ ਅੱਗੇ ਵੱਧ ਰਹੇ ਹਾਂ। SKM ਆਪਾਂ ਹੈ, SKM ਤੁਸੀਂ ਹੋ, SKM ਉਹ ਲੋਕ ਆ ਜਿਹੜੇ ਸਿਧਾਂਤ ਦੇ ਉੱਤੇ ਖੜ੍ਹੇ ਨੇ, ਪਹਿਲਾਂ ਤੋਂ ਜਿਹੜਾ ਸਿਧਾਂਤ ਬਣਿਆ ਹੋਇਆ। ਹੁਣ ਅੰਦਾਜ਼ਾ ਲਓ ਕਿ ਵੀ ਘਰ ਹੈ, ਆਹ ਘਰ ਪਿਆ ਵਾ ਹੈ, ਇਸ ਘਰ ਦੇ ਵਿੱਚ ਜਿਹੜਾ ਬੈਠਾ ਹੈ ਉਹ ਤਾਂ ਉਹ ਘਰ ਹੀ ਹੈ, ਜਿਹਨੇ ਇਸ ਘਰ 'ਚੋਂ ਨਿਕਲ ਕੇ ਨਵਾਂ ਘਰ ਇੱਧਰ ਅੱਡ ਬਣਾ ਲਿਆ ਉਹ ਅੱਡ ਹੈ, ਜਿਹੜਾ ਇਸੇ ਘਰ ਦੀ ਪਰੰਪਰਾ ਅਨੁਸਾਰ ਚੱਲ ਰਿਹਾ ਹੈ ਉਹਦਾ, ਉਹ ਇਸ ਘਰ ਦਾ ਮਾਲਕ ਹੈ। ਸੋ ਇਸ ਕਰਕੇ ਅਸੀਂ SKM ਦੀ ਪਰੰਪਰਾ ਗੈਰ ਰਾਜਨੀਤਿਕ ਉਹਦੇ 'ਤੇ ਚੱਲਾਂਗੇ, ਔਰ ਚੱਲਣਗੇ, ਹੋਰ ਵੀ ਬਥੇਰੇ ਚੱਲਣਗੇ, ਦੇਖੋਗੇ ਤੁਸੀਂ। ਉਹ ਜਿਹੜੇ ਰਾਜਨੀਤੀ ਵਾਲੇ ਲੋਕਾਂ ਦਾ ਮਤਲਬ ਕੋਈ ਸੰਬੰਧ ਨਹੀਂ ਮੋਰਚੇ ਨਾਲ, ਕਿਉਂਕਿ ਲੋਕ ਨਹੀਂ ਚਾਹੁੰਦੇ, ਲੋਕ ਰਾਜਨੀਤਿਕ ਲੋਕਾਂ ਤੋਂ ਕਿਨਾਰਾ ਕਰਕੇ, ਅਗਰ ਮੋਰਚਾ ਗੈਰ ਰਾਜਨੀਤਿਕ ਨਾ ਹੁੰਦਾ
ਐਡਾ ਵੱਡਾ ਸਮਰਥਨ ਨਹੀਂ ਮਿਲਦਾ ਸੀ, ਔਰ ਉਹ ਮਿਲਿਆ ਲੋਕਾਂ ਨੇ ਦਿੱਤਾ ਹੈ। ਔਰ ਅੱਜ ਵੀ ਆਪਾਂ ਗੈਰ ਰਾਜਨੀਤਿਕ ਲੈ ਕੇ ਚੱਲਾਂਗੇ, ਬਾਕੀ ਗੱਲਾਂ ਕਦੇ